ਉਹ ਹਾਂ ਵੀ ਟਿੰਕੇ, ਉਹ ਤੂੰ ਕੱਲ੍ਹ ਗਿਆ ਸੀ ਪ੍ਰੋਡਿਊਸਰ ਕੋਲ ਕਹਾਣੀ ਲੈ ਕੇ ਫਿਲਮ ਦੀ, ਕੀ ਬਣਿਆ ਉਹਦਾ? ਭਾਈ ਉਹ ਤਾਂ ਉਹਨੇ ਰਿਜੈਕਟ ਕਰਤੀ ਯਾਰ। ਕਿਉਂ? ਤੂੰ ਤਾਂ ਕਹਿੰਦਾ ਸੀ ਕਹਾਣੀ ਵਧੀਆ ਵੀ ਆ, ਓਰਿਜਨਲ ਵੀ ਆ, ਫਿਰ ਕਿਉਂ ਰਿਜੈਕਟ ਕਰਤੀ? ਭਾਈ ਉਹ ਤਾਂ ਪ੍ਰੋਡਿਊਸਰ ਵੀ ਕਹਿੰਦਾ ਸੀ ਕਹਿੰਦਾ ਤੇਰੀ ਕਹਾਣੀ ਵਧੀਆ ਵੀ ਆ ਓਰਿਜਨਲ ਵੀ ਆ, ਪਰ ਪੰਗਾ ਇਹ ਆ ਕਹਿੰਦਾ ਜਿਹੜਾ ਹਿੱਸਾ ਵਧੀਆ ਓਰਿਜਨਲ ਨਹੀਂ ਹੈ, ਜਿਹੜਾ ਓਰਿਜਨਲ ਆ ਉਹ ਵਧੀਆ ਨਹੀਂ ਹੈ। ਨਾਲੇ ਮੈਂ ਸੁਣਿਆ ਕੱਲ੍ਹ ਤੇਰੇ ਫਿਰ ਕੁੱਟ ਪੈ ਜਾਣੀ ਤੀ ਕੁੜੀਆਂ ਛੇੜਨ ਦੇ ਚੱਕਰ 'ਚ, ਪਰ ਤੂੰ ਕਿਉਂ ਪੁੱਠੇ ਕੰਮ ਕਰਦਾ ਹੁੰਦਾ? ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਵੀ ਕੁੜੀਆਂ ਦੀ ਇੱਜ਼ਤ ਕਰਿਆ ਕਰ। ਭਾਈ ਮੈਂ ਤਾਂ ਕਿੰਨੀ ਇੱਜ਼ਤ ਕਰਦਾ ਕੁੜੀਆਂ ਦੀ, ਮੈਂ ਤਾਂ ਇੰਨੀ ਇੱਜ਼ਤ ਕਰਦਾ ਵੀ ਸਾਰਾ ਦਿਨ ਕੁੜੀਆਂ ਹੀ ਲੱਭਦਾ ਰਹਿੰਦਾ। ਭਾਈ ਆ ਮੱਥੇ 'ਤੇ ਸੱਟ ਕਿਵੇਂ ਲੱਗੀ ਆ? ਭਾਈ ਉਹ ਤਾਂ ਆਪਣੇ ਮੁਹੱਲੇ 'ਚ ਜਨਾਨੀ ਨਹੀਂ ਜਿਹੜਾ ਘਰ ਵਾਲਾ ਦਵਾਈ ਰਹਿੰਦਾ। ਹਾਂ ਉਹ ਹੁਣ ਦਵਾਈ ਨਹੀਂ ਰਹਿੰਦਾ। ਭਾਈ ਇੱਕ ਆ ਐਕਸਰਸਾਈਜ਼ ਦੀ ਵਜ੍ਹਾ ਨਾਲ ਮੇਰੀਆਂ ਤਾਂ ਅੱਖਾਂ ਕਮਜ਼ੋਰ ਹੋ ਗਈਆਂ। ਜੇ ਏਡੀ ਗੱਲ ਹੈ ਫਿਰ ਐਕਸਰਸਾਈਜ਼ ਕਰਨੀ ਛੱਡ ਕੇ ਨਹੀਂ ਦਿੰਦਾ? ਭਾਈ ਮੈਂ ਥੋੜ੍ਹੀ ਕਰਦਾ ਯਾਰ, ਗੁਆਂਢਣ ਕਰਦੀ ਆ। ਛੱਡ ਇਹਨਾਂ ਗੱਲਾਂ ਨੂੰ, ਤੂੰ ਐਂ ਦੱਸ ਕੱਲ੍ਹ ਆਪਾਂ ਇੱਕ ਐਗਜੀਬਿਸ਼ਨ 'ਤੇ ਗਏ ਸੀ ਜਿੱਥੇ ਔਰਤਾਂ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਦੀਆਂ, ਤੈਨੂੰ ਕਿਹਦੇ ਹੱਥ ਦੀ ਬਣੀ ਚੀਜ਼ ਸਭ ਤੋਂ ਵਧੀਆ ਲੱਗੀ? ਭਾਈ ਮੈਨੂੰ ਤਾਂ ਰੱਬ ਦੇ ਹੱਥ ਦੀ ਬਣੀ ਚੀਜ਼ ਸਭ ਤੋਂ ਵਧੀਆ ਲੱਗੀ ਆ ਔਰਤ। ਤੂੰ ਸੁਧਰ ਜਾ ਵੇ, ਸੁਧਰ ਜਾ, ਜੇ ਸੁਧਰਿਆ ਜਾਂਦਾ ਤਾਂ ਤੂੰ ਸੁਧਰ ਜਾ। ਭਾਈ ਮੈਂ ਤਾਂ ਬਹੁਤ ਸੁਧਰ ਗਿਆ, 10 ਸਾਲ ਪਹਿਲਾਂ ਮੈਂ ਕਿਹਾ ਜਾਂਦਾ ਤੂੰ ਤਾਂ ਸੋਚ ਵੀ ਨਹੀਂ ਸਕਦਾ। ਯਾਰ ਤੂੰ ਜਿਹਾ ਜਿਹਾ ਹੋਣਾ ਨਾ ਮੈਂ ਤਾਂ ਉਹ ਵੀ ਨਹੀਂ ਸੋਚ ਸਕਦਾ ਯਾਰ। ਦੋਸਤੋ ਤੁਸੀਂ ਵੀ ਦੂਰ ਰਿਹਾ ਕਰੋ ਕੁੜੀਆਂ ਵਾਲੇ ਚੱਕਰਾਂ ਤੋਂ, ਨਹੀਂ ਤੁਹਾਡਾ ਹਾਲ ਵੀ ਫਿਰ ਟਿੰਕੇ ਵਾਲਾ ਹੀ ਹੋਣਾ। ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਸਾਡਾ ਚੈਨਲ ਨਿਊ ਮਲਟੀਮੀਡੀਆ ਰਿਕਾਰਡਸ ਉਹਨੂੰ ਸਬਸਕ੍ਰਾਈਬ ਵੀ ਕਰ ਦਿਓ। ਥੈਂਕ ਯੂ।